ਜੋ ਐਲੀਗੇਸ਼ਨ ਕੱਲ ਆਮ ਆਦਮੀ ਪਾਰਟੀ ਜਲੰਧਰ ਕੈਂਟ ਦੇ ਕੈਂਡੀਡੇਟ ਮੇਰੇ ਤੇ ਐਚਐਸ ਵਾਲੀਆ ਤੇ ਇਹਨਾਂ ਨੇ ਲਾਏ ਆ ਰਾਜਵੀਰ ਕੌਰ ਗਿੱਲ ਨੇ ਔਰ ਜੋ ਇਹਨਾਂ ਦੇ ਨਾਲ ਮੌਜੂਦ ਸੀ ਸਾਰੇ ਉਹ ਬਿਲਕੁਲ ਗਲਤ ਹੈ ਬੇਬੁਨਿਆਦ ਆ ਉਹਨਾਂ ਦੇ ਉਹ ਕੰਟੈਸਟ ਮੈਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਕਿ ਇਹ ਲੋਕ ਕਦੇ ਵੀ ਵਰਕਰ ਨਹੀਂ ਸੀ ਆਮ ਆਦਮੀ ਪਾਰਟੀ ਦੇ ਕੁਝ ਲੋਕ ਤਾਂ ਇਦਾਂ ਦੇ ਕੱਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ ਕਿ 2 ਸਾਲ ਸਵਾ 2 ਸਾਲ ਮੈਨੂੰ ਹੋ ਗਿਆ ਪਾਰਟੀ 'ਚ ਕੈਂਟ 'ਚ ਕੰਮ ਕਰਦਿਆਂ ਕਦੇ ਉਹਨਾਂ ਨੂੰ ਕੈਂਟ 'ਚ ਦੇਖਿਆ ਹੀ ਨਹੀਂ ਗਿਆ ਕਦੇ ਉਹਨਾਂ ਦੀ ਸ਼ਕਲ ਹੀ ਨਹੀਂ ਦੇਖੀ ਕਦੇ ਉਹਨਾਂ ਨੇ ਇੱਕ ਵੀ ਮੀਟਿੰਗ ਪਾਰਟੀ ਦੀ ਕੰਡਕਟ ਨਹੀਂ ਕਰਾਈ ਫੋਰ ਐਗਜ਼ਾਮਪਲ ਡਾਕਟਰ ਸੁਖਨੈਨ ਸਿੰਘ ਫੋਰ ਐਗਜ਼ਾਮਪਲ ਇੱਕ ਜਸਬੀਰ ਸਿੰਘ ਗਿੱਲ ਹੈਗੇ ਆ NRI ਪ੍ਰਧਾਨ ਆ ਕੋਈ ਮੈਂ ਅੱਜ ਤਾਈਂ ਉਹਨਾਂ ਨੂੰ ਫੇਸ ਟੂ ਫੇਸ ਮੈਂ ਨਹੀਂ ਦੇਖਿਆ ਮੇਰੇ ਸਾਥੀਆਂ ਨੇ ਦੇਖਿਆ ਕਿ ਹਾਊ ਕੁਡ ਦੇ ਬੀ ਆ ਵਰਕਰਸ ਆਫ ਆਮ ਆਦਮੀ ਪਾਰਟੀ ਜਲੰਧਰ ਕੈਂਟ ਮੈਡਮ ਰਾਜਵੀਰ ਕੌਰ ਗਿੱਲ ਜਿਹੜੇ ਹਾਕੀ ਦੇ ਖਿਡਾਰੀ ਆ ਉਹ ਹਰ ਥਾਂ ਤੇ ਇਹ ਦੁਹਾਈ ਪਾਉਂਦੇ ਆ ਇੱਕ ਵਿਚਾਰਾਪਣ ਸਿੰਪਥੀ ਗੇਨ ਕਰਦੇ ਆ ਕਿ ਮੇਰੇ ਘਰ ਵਾਲੇ ਨੂੰ ਆਮ ਆਦਮੀ ਪਾਰਟੀ ਦੀ ਭੇਟਾ ਚੜ੍ਹਨਾ ਪਿਆ ਬਲੀ ਚੜ੍ਹਨਾ ਪਿਆ ਮੈਂ ਤੁਹਾਨੂੰ ਵਿਦ ਪ੍ਰੂਫ ਇਹ ਗੱਲ ਕਰਾਂਗਾ ਮੈਂ ਤੁਹਾਨੂੰ ਪ੍ਰੂਫ ਦਿਖਾਉਂਗਾ ਕਿ ਉਹਨਾਂ ਨੂੰ ਕਿਸੇ ਵੀ ਸਰਕਾਰ ਨੇ ਇਦਾਂ ਨਹੀਂ ਕੱਢਿਆ ਜਿੱਦਾਂ ਉਹ ਕਹਿ ਰਿਹਾ ਪਹਿਲੀ ਗੱਲ ਤਾਂ ਉਹ 58 ਸਾਲ ਉਮਰ ਨੌਕਰੀ ਪੂਰੀ ਕਰ ਚੁੱਕੇ ਸੀ ਐਕਸਟੈਂਸ਼ਨ ਪੀਰੀਅਡ 'ਚ ਚੱਲ ਰਹੇ ਸੀ ਔਰ ਦੂਸਰੀ ਗੱਲ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜਦੋਂ ਉਹ SP ਫਿਰੋਜ਼ਪੁਰ ਲੱਗੇ ਸੀ ਇੱਕ ਕੌਂਸਲਰ ਦਾ ਮਰਡਰ ਹੋਇਆ ਸੀ ਔਰ ਇਹ ਮੈਂ ਸਾਰੇ ਸਬੂਤ ਦੀਆਂ ਕਾਪੀਆਂ ਲੈ ਕੇ ਆਇਆ ਉਹਦੀ ਇਨਕੁਆਇਰੀ ਉਹਨਾਂ ਦੇ ਕੋਲ ਲੱਗੀ ਸੀ ਉਹਨਾਂ ਨੇ ਉਸ ਇਨਕੁਆਇਰੀ ਦੀ ਛੇੜਖਾਨੀ ਕੀਤੀ ਔਰ ਜਿਹੜੇ ਅਸਲ ਪ੍ਰੂਫ ਸੀਗੇ ਉਹ ਬਿਲਕੁਲ ਉਹਨਾਂ ਨੇ ਨਸ਼ਟ ਕਰਤੇ ਔਰ ਉਹਨਾਂ ਦੇ ਪਰਿਵਾਰ ਨੇ ਮਦਈ ਨੇ ਜਦੋਂ CBI ਜਾਂਚ ਮੰਗੀ CBI ਨੇ ਇਹ ਗੱਲ ਕਹਿਤੀ ਕਿ ਇਹ SP ਨੇ ਗਲਤ ਕੀਤਾ ਇਹਨੇ SP ਨੇ ਕਰਪਸ਼ਨ ਕਰਕੇ ਸਾਰੇ ਸਬੂਤ ਅਸ਼ਟ ਨਸ਼ਟ ਕੀਤੇ ਆ ਅਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਸਸਪੈਂਡ ਕਰਕੇ ਘਰੇ ਬਿਠਾਇਆ ਗਿਆ ਨਾ ਕਿ ਆਮ ਆਦਮੀ ਪਾਰਟੀ ਦੀ ਬਲੀ ਚੜ੍ਹਿਆ ਦੇਖੋ ਉਹ ਇਹ ਸਭ ਮੈਨੀਪੁਲੇਟਡ ਲੋਕ ਹੈ ਇਹਨਾਂ ਦੇ ਬੜੇ ਮੇਰੇ ਖਿਆਲ ਨਜ਼ਦੀਕੀ ਸੰਬੰਧ ਹੋਰਾਂ ਪਾਰਟੀਆਂ ਨਾਲ ਵੀ ਹੋਣਗੇ ਮੈਨੂੰ ਲੱਗਦਾ ਕਿ ਮੈਨੀਪੁਲੇਟਡ ਲੋਕ ਪਾਰਟੀ ਦੇ ਵਿੱਚ ਆ ਇਹ ਟਿਕਟ ਲੈਣੀ ਸੀ ਟਿਕਟ ਲੈਣ ਆਏ ਸੀ ਪਾਰਟੀ 'ਚ ਕੰਮ ਕਰਨੇ ਸੀ ਆਏ ਹੁਣ ਜਿੱਦਾਂ ਫੋਲੜੀਵਾਲ ਦੇ ਵਿੱਚ ਹੋਇਆ ਉਹਨਾਂ ਨੇ ਕਿਹਾ ਪ੍ਰਗਟ ਸਿੰਘ ਨੇ ਟਿਕਟ ਦਿੱਤੀ ਹਜੇ ਟਿਕਟ ਨਹੀਂ ਮਿਲੀ ਜੇ ਟਿਕਟ ਦਿੱਤੀ ਅਸੀਂ ਵਿਰੋਧ ਕਰਾਂਗੇ ਇਹਨੂੰ ਕਹਿੰਦੇ ਆ ਹਾਂ ਵੀ ਪਹਿਲਾਂ ਕਹਿਣਾ ਪਹਿਲਾਂ ਤੁਸੀਂ ਜਦੋਂ ਵੋਟਿੰਗ ਹੋ ਰਹੀ ਹੈ ਕੋਈ ਨਹੀਂ ਬੋਲ ਰਿਹਾ ਕਿਉਂਕਿ ਮਨ ਦੇ ਵਿੱਚ ਕੋਈ ਐਲੀਗੇਸ਼ਨ ਹੈ ਨਹੀਂ ਹੁਣ ਜਦੋਂ ਤੁਹਾਨੂੰ ਨਹੀਂ ਮਿਲੀ ਉਦੋਂ ਐਲੀਗੇਸ਼ਨ ਲਾਉਂਦੇ ਉਹ ਤਾਂ ਗਲਤ ਹੈ ਤਰੀਕਾ ਕੁਝ ਲੋਕ ਇਹਨਾਂ ਦੇ ਵਿੱਚੋਂ ਇਦਾਂ ਦੇ ਆ ਇਹ ਮੈਡਮ ਰਾਜਵੀਰ ਕੌਰ ਗਿੱਲ ਦਾ ਮੈਂ ਆਉਣ ਵਾਲੇ ਸਮਾਂ ਦੇ ਵਿੱਚ ਤੁਹਾਨੂੰ ਪ੍ਰੂਫਸ ਦਊਂਗਾ ਮੈਂ ਇਕੱਠੇ ਕਰ ਰਿਹਾ ਮੇਰੇ ਕੋਲ ਸ਼ਾਇਦ ਅੱਜ ਸ਼ਾਮ ਤਾਈਂ ਆ ਜਾਣਗੇ ਕੁਝ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹਾਈਲੀ ਕਰਪਸ਼ਨ ਕਰਦੇ ਆ ਰਾਤੋਂ ਰਾਤ ਰਿਜ਼ਾਈਨ ਕਰਾਤਾ ਗਿਆ ਸੀ ਔਰ ਧੂਆਂ ਨਹੀਂ ਸੀ ਨਿਕਲਿਆ ਰਾਤੀ ਰਹਿਰਾ ਸਾਹਿਬ ਦੀ ਅਰਦਾਸ ਕਰਾ ਕੇ ਗਏ ਸੀ ਸਵੇਰੇ ਜਪਜੀ ਸਾਹਿਬ ਦੀ ਨਿਤਨੇਮ ਦੀ ਅਰਦਾਸ ਕਿਸੇ ਹੋਰ ਪ੍ਰਧਾਨ ਨੇ ਕਰਾਈ ਸੀ ਉਹਨਾਂ ਦੇ ਪ੍ਰੂਫ ਵੀ ਮੇਰੇ ਕੋਲ ਆ ਰਹੇ ਆ ਕੁਝ ਲੋਕ ਇਦਾਂ ਦੇ ਇਸ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਜਿਨ੍ਹਾਂ ਨੇ 3-3 ਵਿਆਹ ਕਰਾਏ ਹੋਏ ਆ ਵਿਦਆਊਟ ਡਾਈਵੋਰਸ ਕੀਤੇ ਆ ਔਰ ਉਹਨਾਂ ਦੇ ਮੁੰਡਿਆਂ ਦੇ ਰੇਪ ਦੇ ਪਰਚੇ ਦਰਜ ਹੋਏ ਆ ਜਦੋਂ ਉਹ ਲੋਕ ਪਾਰਟੀ ਕੋਲ ਟਿਕਟ ਮੰਗਣਗੇ ਹਾਊ ਕੁਡ ਆਮ ਆਦਮੀ ਪਾਰਟੀ ਅਕੋਮੋਡੇਟ ਸੱਚ ਕਰਪਟ ਸੱਚ ਕ੍ਰਿਮੀਨਲਸ ਔਰ ਇਹਨਾਂ ਨੇ ਮੇਰੇ ਤੇ ਇਹ ਐਲੀਗੇਸ਼ਨ ਲਾਇਆ ਕਿ HS ਵਾਲੀਆ ਤੇ ਕ੍ਰਾਈਮ ਦੇ ਪਰਚੇ ਦਰਜ ਹੋਏ ਆ ਇਹ ਵੀ ਮੇਰਾ ਵਾਅਦਾ ਤੁਹਾਡੇ ਪ੍ਰੈਸ ਵਾਲਿਆਂ ਦੇ ਥਰੂ ਸਾਰੇ ਪਬਲਿਕ 'ਚ ਗੱਲ ਪਹੁੰਚਾ ਦਿਓ ਕਿਉਂਕਿ ਪਬਲਿਕ ਹੀ ਸਾਡੀ ਸੰਗਤ ਹੈ ਮੈਂ ਸੰਗਤ ਨਾਲ ਇਹ ਵੀ ਵਾਅਦਾ ਕਰਦਾ ਸਾਰੀ ਜ਼ਿੰਦਗੀ ਮੇਰੀ 38 ਸਾਲ ਉਮਰ ਹੋ ਗਈ ਹੈ ਮੇਰੇ ਤੇ 23-24 ਦਾ ਜਾਂ ਮੇਰੇ ਪਰਿਵਾਰਕ ਕਿਸੇ ਮੈਂਬਰ ਤੇ 23-24 ਦਾ 420 ਦਾ ਕੁਝ ਇਦਾਂ ਦਾ ਪਰਚਾ ਦਰਜ ਹੋਇਆ ਹੋਵੇ ਅੱਜ ਤੋਂ 10-15-20 ਸਾਲ ਪਹਿਲਾਂ ਹੋਇਆ ਹੋਵੇ ਤੇ ਮੈਂ ਟਿਕਟ ਛੱਡ ਦਿਆਂਗਾ।